ਅਸੀਂ ਪਹੁੰਚ ਚੁੱਕੇ ਹਾਂ ਪੀਐਸਟੀਈਟੀ ਦੀ ਆਫੀਸ਼ੀਅਲ ਵੈਬਸਾਈਟ ਦੇ ਉੱਤੇ ਕੁਝ ਅਪਡੇਸ਼ਨ ਦਿੱਤੀਆਂ ਗਈਆਂ ਹਨ ਉਹ ਅਪਡੇਸ਼ਨ ਕੀ ਹੈ ਡਿਟੇਲ ਵਿੱਚ ਗੱਲ ਕਰਦੇ ਹਾਂ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਜਿਹੜੀਆਂ ਤੁਸੀਂ ਗ੍ਰੀਵਾਂਸਿਸ ਦੇਣੀਆਂ ਹਨ ਉਹਦੇ ਸਬੰਧ ਵਿੱਚ ਇਨਸਟਰਕਸ਼ਨ ਦਿੱਤੀਆਂ ਗਈਆਂ ਹਨ ਇੱਕ ਪੱਤਰ ਜਾਰੀ ਕੀਤਾ ਗਿਆ ਹੈ ਉਸ ਤੋਂ ਇਲਾਵਾ ਇੱਕ ਪੋਰਟਲ ਲਿੰਕ ਦਿੱਤਾ ਗਿਆ ਤੁਸੀਂ ਉੱਥੇ ਜਾ ਕੇ ਗ੍ਰੀਵਾਂਸਿਸ ਦੇ ਸਕਦੇ ਹੋ ਇਸ ਦੇ ਉੱਤੇ ਜਿਵੇਂ ਕਲਿੱਕ ਕਰੋਗੇ ਰਜਿਸਟ੍ਰੇਸ਼ਨ ਅਤੇ ਲੌਗਇਨ ਤੁਸੀਂ ਪਾਸਵਰਡ ਭਰ ਕੇ ਲੌਗਇਨ ਕਰਨਾ ਹੈ ਅਤੇ ਉਸ ਤੋਂ ਬਾਅਦ ਜਿਹੜਾ ਹੈ ਆਪਣਾ ਜਿਹੜਾ ਜੋ ਵੀ ਓਬਜੈਕਸ਼ਨ ਹੈ ਤੁਸੀਂ ਉਹ ਦੇ ਸਕਦੇ ਹੋ ਇਸ ਤੋਂ ਇਲਾਵਾ ਗੱਲ ਕਰਦੇ ਹਾਂ ਇਨਸਟਰਕਸ਼ਨ ਬਾਰੇ ਇਨਸਟਰਕਸ਼ਨ ਦੇ ਵਿੱਚ ਸਾਰੀ ਡਿਟੇਲ ਵਿੱਚ ਗੱਲ ਕਰਾਂਗੇ ਕਿ ਇਹ ਪੇਪਰ ਹੈ ਕਦੋਂ ਹੋਇਆ ਸੀ ਅਤੇ ਇਸ ਦਾ ਰਿਜ਼ਲਟ ਕਦੋਂ ਅਨਾਉਂਸ ਕੀਤਾ ਜਾਏਗਾ ਸਾਰੀ ਗੱਲ ਕਰਦੇ ਹਾਂ ਤਾਂ ਦੋਸਤੋ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਆਏ ਹੋ ਸਾਡਾ ਚੈਨਲ ਜਰੂਰ ਸਬਸਕ੍ਰਾਈਬ ਕਰੋ ਘੰਟੀ ਦਾ ਬਟਨ ਜਰੂਰ ਪ੍ਰੈਸ ਕਰ ਦੇਣਾ ਅਤੇ ਵੀਡੀਓ ਆਪਣੇ ਦੋਸਤਾਂ ਤੱਕ ਜਰੂਰ ਸ਼ੇਅਰ ਕਰਨਾ ਤਾਂ ਜੋ ਨਵੇਂ-ਨਵੇਂ ਨੋਟੀਫਿਕੇਸ਼ਨ ਵੀ ਤੁਹਾਨੂੰ ਮਿਲਦੇ ਰਹਿਣ ਗੱਲ ਕਰਦੇ ਹਾਂ ਵੈਬਸਾਈਟ ਦੇ ਉੱਤੇ ਜਿਹੜਾ ਪੱਤਰ ਜਾਰੀ ਕੀਤਾ ਗਿਆ ਹੈ ਇਸ ਦੇ ਸਬੰਧ ਵਿੱਚ ਤੁਹਾਨੂੰ ਪਤਾ ਹੈ ਕਿ 24 12 2021 ਨੂੰ ਪੀਐਸਟੀਟੀ ਦਾ ਜੋ ਪੇਪਰ ਹੈ ਉਹ ਹੋ ਚੁੱਕਿਆ ਹੈ ਤੇ ਉਸ ਦੀ ਅਨਸਰ ਕੀ ਵੀ ਜਿਹੜੀ ਹੈ ਅਪਲੋਡ ਕਰ ਦਿੱਤੀ ਗਈ ਹੈ ਉਮੀਦ ਹੈ ਕਿ ਤੁਸੀਂ ਅਨਸਰ ਕੀ ਨਾਲ ਆਪਣੇ ਜਿਹੜੇ ਅਨਸਰ ਹਨ ਮੈਚ ਕਰ ਲਈ ਹੋਣਗੇ ਇਸ ਤੋਂ ਇਲਾਵਾ ਕੁਝ ਅ ਅਨਸਰ ਹੋਰ ਜੀ ਵੀ ਹਨ ਜਿਨ੍ਹਾਂ ਤੇ ਤੁਹਾਨੂੰ ਓਬਜੈਕਸ਼ਨ ਹੋ ਸਕਦਾ ਹੈ ਤੁਹਾਨੂੰ ਲੱਗਦਾ ਹੋਵੇ ਕਿ ਸਾਡਾ ਜਿਹੜਾ ਇਹ ਅਨਸਰ ਠੀਕ ਹੈ ਲੇਕਿਨ ਅਨਸਰ ਕੀ ਦੇ ਵਿੱਚ ਗਲਤ ਦਿੱਤਾ ਹੋ ਗਿਆ ਹੈ ਤਾਂ ਤੁਸੀਂ ਜਿਹੜਾ ਹੈ ਆਪਣਾ ਅ ਗ੍ਰੀਵਾਂਸਿਸ ਵੀ ਦੇ ਸਕਦੇ ਹੋ ਜੋ ਵੀ ਤੁਹਾਨੂੰ ਓਬਜੈਕਸ਼ਨ ਹੈ ਤਾਂ ਤੁਸੀਂ ਓਬਜੈਕਸ਼ਨ ਸਬਮਿਟ ਕਰਵਾ ਸਕਦੇ ਹੋ ਇਹ ਔਨਲਾਈਨ ਹੀ ਹੋਵੇਗਾ ਅਤੇ ਮਿਤੀ 4 1 2022 ਤੋਂ ਲੈ ਕੇ 7 1 22 ਤੱਕ ਯਾਨੀ ਟੋਟਲ ਤੁਹਾਡੇ ਕੋਲ 4 ਦਿਨ ਹਨ ਇਹਨਾਂ 4 ਦਿਨਾਂ ਦੇ ਵਿੱਚ ਹੀ ਤੁਸੀਂ ਹੈ ਆਪਣਾ ਗ੍ਰੀਵਾਂਸਸ ਸਬਮਿਟ ਕਰਨਾ ਹੈ ਇਸ ਤੋਂ ਇਲਾਵਾ ਜਿਹੜਾ ਹੈ ਮਿਤੀ ਮਿਤੀ 8 1 22 ਤੋਂ ਲੈ ਕੇ 16 1 22 ਯਾਨੀ ਇਹਨਾਂ ਦਿਨਾਂ ਦੇ ਵਿੱਚ ਹੈ ਜਿਹੜਾ ਡਿਸੀਜਨ ਲਿਆ ਜਾਏਗਾ ਜਿਹੜੇ ਵੀ ਤੁਸੀਂ ਆਬਜੈਕਸ਼ਨ ਸਬਮਿਟ ਕਰਾਉਗੇ ਉਹਦੇ ਉੱਤੇ ਡਿਸੀਜਨ ਲਿਆ ਜਾਏਗਾ ਕਿ ਉਹ ਸਹੀ ਹੈ ਜਾਂ ਗਲਤ ਹਨ ਜੇਕਰ ਤੁਹਾਡਾ ਆਬਜੈਕਸ਼ਨ ਸਹੀ ਹੋਏਗਾ ਤਾਂ ਉਹ ਸਾਹਮਣੇ ਤੁਹਾਡਾ ਜਿਹੜਾ ਹੈ ਨੰਬਰ ਹੈ ਉਹ ਵਧਾ ਦਿੱਤੇ ਜਾਣਗੇ ਜੇਕਰ ਨਹੀਂ ਹੈ ਤਾਂ ਇਸ ਤਰ੍ਹਾਂ ਦਾ ਨਹੀਂ ਹੋਏਗਾ ਤੇ ਉਸ ਤੋਂ ਬਾਅਦ ਹੈ ਜਿਹੜਾ ਅਪਲੋਡਿੰਗ ਫਾਈਨਲ ਅਨਸਰ ਕੀ ਹੈ ਜਿਹੜੀ 17 ਤਰੀਕ ਨੂੰ ਹੋ ਜਾਏਗੀ ਜਿਹੜੀ ਫਾਈਨਲ ਹੋਏਗੀ ਤੁਸੀਂ ਧਿਆਨ ਰੱਖਣਾ ਜੇਕਰ ਕੋਈ ਓਬਜੈਕਸ਼ਨ ਹੈ ਤਾਂ ਇਹਨਾਂ ਤਰੀਕਿਆਂ ਦੇ ਵਿੱਚ ਵਿੱਚ ਹੀ ਤੁਸੀਂ ਜਿਹੜਾ ਹੈ ਉਹ ਅਪਲਾਈ ਕਰ ਦਿਓ ਇਸ ਤੋਂ ਇਲਾਵਾ ਜਿਹੜਾ ਹੈ ਰਿਜ਼ਲਟ ਹੈ ਉਹ ਜਿਹੜਾ ਕੰਪਾਈਲ ਕਰਨਾ ਹੈ ਉਹ 18 ਤੋਂ ਲੈ ਕੇ 20 ਯਾਨੀ ਇਹ ਦਿਨਾਂ ਦੇ ਵਿੱਚ ਹੈ ਜਿਹੜਾ ਕੰਪਾਈਲ ਕਰ ਲਿਆ ਜਾਏਗਾ ਕੰਪਾਈਲ ਕਰਨ ਤੋਂ ਬਾਅਦ ਜਿਹੜਾ ਫਾਈਨਲ ਰਿਜ਼ਲਟ ਹੈ ਜਿਹੜਾ ਹੈ ਉਹ 24 1 2022 ਨੂੰ 22 ਤੱਕ ਜਿਹੜਾ ਹੈ ਉਹ ਡਿਕਲੇਅਰ ਕਰ ਦਿੱਤਾ ਜਾਏਗਾ ਤਾਂ ਉੱਥੇ ਤੇ ਜਿਹੜਾ ਹੈ ਫਾਈਨਲ ਜਿਹੜਾ ਹੈ ਤੁਸੀਂ ਰਿਜ਼ਲਟ ਹੈ ਜਿਹੜਾ ਉੱਥੇ ਤੁਸੀਂ ਦੇਖ ਸਕਦੇ ਹੋ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਗ੍ਰਿਵਾਂਸਿਸ ਜੋ ਪੋਰਟਲ ਦੀ ਆਪਾਂ ਗੱਲ ਕਰ ਚੁੱਕੇ ਹਾਂ ਉਸ ਦੇ ਸਬੰਧ ਵਿੱਚ ਕੁਝ ਹਦਾਇਤਾਂ ਦਿੱਤੀਆਂ ਗਈਆਂ ਹਨ ਨੰਬਰ 1 ਹੈ ਕਿ ਇਹ ਸਿਰਫ ਔਨਲਾਈਨ ਹੀ ਭੇਜਿਆ ਜਾਣਾ ਹੈ ਤੇ ਮਿਤੀ 4 1 ਤੋਂ ਲੈ ਕੇ 7 ਤੱਕ ਦਾ ਸਮਾਂ ਦਿੱਤਾ ਗਿਆ ਹੈ ਟੋਟਲ ਤੁਹਾਡੇ ਕੋਲ 4 ਦਿਨ ਹਨ ਤਾਂ ਤੁਸੀਂ ਇੱਥੇ ਜਿਹੜਾ ਹੈ ਆਪਣਾ ਆਬਜੈਕਸ਼ਨ ਹੈ ਜੀ ਗ੍ਰਿਵਾਂਸਿਸ ਆਉ ਦੇ ਸਕਦੇ ਹੋ ਅਤੇ ਇਹ ਜਿਹੜਾ ਗ੍ਰੀਵਾਂਸਿਸ ਹੈ ਪੀਐਸਟੀਟ 2021 ਦੇ ਤਿੰਨ ਜਿਹੜੀ ਅਨਸਰ ਕੀ ਹੈ ਜਿਹੜੀ ਅਨਸਰ ਕੀ ਵੈਬਸਾਈਟ ਦੇ ਉੱਤੇ ਅਪਲੋਡ ਕੀਤੀ ਗਈ ਹੈ ਉਸ ਦੇ ਅਧਾਰ ਤੇ ਹੀ ਹੋਵੇਗਾ ਤੇ ਉਸ ਦੇ ਲਈ ਜਨਰਲ ਕੈਟਾਗਰੀ ਦੀ ਗੱਲ ਕਰੀ ਤਾਂ 450 ਰੁਪਏ ਜਿਹੜੀ ਹੈ ਨਿਰਧਾਰਿਤ ਫੀਸ ਵੀ ਜਮ੍ਹਾਂ ਕਰਾਣੀ ਹੋਏਗੀ ਇਹ ਪ੍ਰਤੀ ਪ੍ਰਸ਼ਨ ਹੋਏਗੀ ਜੀ ਹਾਂ ਜੇਕਰ ਤੁਸੀਂ ਇੱਕ ਪ੍ਰਸ਼ਨ ਤੇ ਉਹਬਜੈਕਸ਼ਨ ਤਾਂ 450 ਰੁਪਏ ਦੋ ਹੈ ਤਾਂ 900 ਰੁਪਏ ਇਸੇ ਤਰ੍ਹਾਂ ਜਿੰਨੇ ਵੀ ਕੁਐਸਚਨ ਆਤੇ ਹੋ ਤਾਂ ਉਸ ਨੂੰ 450 ਨਾਲ ਮਲਟੀਪਲਾਈ ਕਰ ਦੇਣਾ ਹੈ ਇਸ ਤੋਂ ਇਲਾਵਾ ਜਿੰਨੀਆਂ ਵੀ ਰਿਜ਼ਰਵਡ ਕੈਟਾਗਰੀਆਂ ਹਨ ਉਹਨਾਂ ਲਈ ਫੀਸ ਹੈ 300 ਰੁਪਏ ਪ੍ਰਤੀ ਪ੍ਰਸ਼ਨ ਜਿਹੜੀ ਹੈ ਉਹ ਫੀਸ ਨਿਰਧਾਰਿਤ ਕੀਤੀ ਗਈ ਹੈ ਤੇ ਐਕਸ ਸਰਵਿਸਮੈਨ 셀ਫ ਓਨਲੀ ਜਿਹੜਾ ਖੁਦ ਹੈ ਉਸ ਦੇ ਲਈ ਜਿਹੜਾ ਹੈ ਉਹ ਬਿਨਾਂ ਫੀਸ ਦੇ ਵੀ ਜਿਹੜਾ ਹੈ ਉਹ ਅਪਲਾਈ ਕਰ ਸਕਦਾ ਹੈ ਅਤੇ ਇਸ ਤੋਂ ਲਾ ਉਮੀਦਵਾਰਾਂ ਦੇ ਇੱਕ ਵੈਰੀ ਇੰਪੋਰਟੈਂਟ ਜਿਹੜੀ ਹੈ ਪੰਜਵਾਂ ਪੁਆਇੰਟ ਹੈ ਕਿ ਉਮੀਦਵਾਰਾਂ ਦੇ ਗ੍ਰੀਵਾਂਸੀ ਦੌਰਾਨ ਪ੍ਰਸ਼ਨਾਂ ਦੇ ਉੱਤਰ ਸਹੀ ਹੋਣ ਦੀ ਸੂਰਤ ਵਿੱਚ ప్రతి ਪ੍ਰਸ਼ਨ ਦੇ ਹਿਸਾਬ ਨਾਲ ਫੀਸ ਰੀਫੰਡ ਵੀ ਕੀਤੀ ਜਾਏਗੀ ਤਾਂ ਮੰਨ ਲਓ ਜੇਕਰ ਤੁਸੀਂ ਪੈਸੇ ਫੀਸ ਜਮ੍ਹਾਂ ਕਰਾਉਣੇ ਹੋ ਜੇਕਰ ਤੁਹਾਡਾ ਆਬਜੈਕਸ਼ਨ ਠੀਕ ਨਿਕਲਦਾ ਤਾਂ ਤੁਹਾਡੀ ਜਿਹੜੀ ਫੀਸ ਹੈ ਉਹ ਵਾਪਸ ਵੀ ਕੀਤੀ ਜਾਏਗੀ ਤਾਂ ਦੋਸਤੋ ਜੁੜੇ ਰਹੋ ਸਾਡੇ ਚੈਨਲ ਦੇ ਨਾਲ ਤਾਂ ਜੋ ਤੁਹਾਨੂੰ ਨਵੇਂ-ਨਵੇਂ ਵੀਡੀਓਜ਼ ਅਪਡੇਸ਼ਨ ਮਿਲਦੀ ਰਹੇ ਬਹੁਤ ਬਹੁਤ ਧੰਨਵਾਦ